मन के ओए करदा की पुत प्यो नु रही सारना ओ मां हुका पींदी बह के धी दे यार नू ने सोरा कुट दिता बिच साथ दे ओ चिट्टे लीड़ियां ते लग लथ जांदे आ ओए इज्जतां ते लगे दाग नहीं जे लथ दे ओ चिट्टे लीड़ियां ते लगे लथ जांदे आ ओए इज्जतां ते लगे दाग नहीं जे लथ दे कॉन्वेंट पाया पढ़ने जवाक नू ओए पंजाब लिखी जांदे ही पंजाब नू मैं तुहानू दसना चाहुंदा कुछ गल्लां क्योंकि साडा फर्ज बनता है जे सानू जानकारी है तुहाडे तक आउणी बड़ी जरूरी है सानू अजे तक इह नहीं पता लगा सारिआं नू एडा मूर्ख बनाया गया है कि पंजाब नू इंग्लिश लिखणा किद्दां असीं पंजाब ही लिखी जांदे हां PUN असल जे PAN पंजाब पंजाब सरदार कही जाने असीं अपने आप नूं सरदार हिंदी दा लफ्ज़ है सिरदार है सिरदार दा मतलब है सिर देण वाला गुरु महाराज दी ए वड्डी साडे प्रति तुसीं सरदार कपूर सिंह नूं पढ़ के वेखियो हर एक पंजाबी का फर्ज बनता है महान कोश नूं पढ़ना भाई कान सिंह नाभा किसी नूं पता नहीं होना महान कोश की शशे पर बिंदी शाह बोले गगे पर बिंदी गा बोले खखे पर बिंदी खा बोले वो चीजा वो दवाइया वो गल्लां जो उहदे विच लिखियां ने सानूं किसी नूं पता नहीं एडी एडिया महान किताबा इन इन चीजा साडे कोल पईआं पर असीं पढ़दे नहीं की कहिंदा है ओ कॉन्वेंट पाया पढ़ने जवाक नू ओ पंजाब लिखी जांदे ही पंजाब नू ओ जिहड़े आए अंग्रेजी विच टॉप करके ओ दुख लगदा है पंजाबी पढ़े अड़ अड़ के ओए खड़े अरदास विच दांत कट दे ओए सफरां ते बह के भी नहीं फोन छड़ दे अगले दा जवान फौजी पुत मरिया है ते उत्ते चढ़ चढ़ उहदियां सैल्फियां लैण रहे आ उह मर जाओ इस गल सानू किसे दे दुख नाल कुछ नहीं साडे लायक उहदे चाहीदे ने ओए खड़े अरदास विच दंद कट दे ओ सथरां ते बह के वी नहीं फोन छड़ दे ओ लानत आया ऐसे एडवांस होण ते ਅਲੂਮੀਨਾਟੀਆਂ ਨੇ ਇੱਥੇ ਰਾਜ ਕਰਨਾ ਲੱਗ ਜਾਣੇ ਪਤਾ ਛੇਤੀ ਟਾਈਮ ਆਉਣ ਅਲੂਮੀਨਾਟੀਆਂ ਨੇ ਇੱਥੇ ਰਾਜ ਕਰਨਾ ਲੱਗ ਜਾਣੇ ਪਤਾ ਛੇਤੀ ਟਾਈਮ ਆਉਣ ਪੱਗ ਇੱਕ ਆਜ਼ਾਦੀ ਦਾ ਸਿੰਬਲ ਹੈ ਸ਼ਹਾਦਤਾਂ ਕੁਰਬਾਨੀਆਂ ਦੇ ਕੇ ਇਹਨੂੰ ਅਪਣਾਇਆ ਹੈ ਅੱਜ ਵੀ ਕਈ ਮੁਲਕਾਂ ਦੇ ਵਿੱਚ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤੇ ਜਦੋਂ ਕੋਈ ਸਰਦਾਰ ਪੱਗ ਬੰਨ ਕੇ ਕਿਸੇ ਦੀ ਧੀ ਭੈਣ ਨੂੰ ਛੇੜਦਾ ਹੈ ਤੇ ਬੜਾ ਦੁੱਖ ਹੁੰਦਾ ਅਸੀਂ ਗੁਰੂ ਘਰਾਂ ਦੇ ਵਿੱਚ ਜੀ ਚਲ ਗਏ ਅਨੰਦਪੁਰ ਸਾਹਿਬ ਜਾਂਦੇ ਅਸੀਂ ਮੱਥਾ ਟੇਕਣ ਬੁਲਟਾਂ ਦੇ ਸਲੰਸਰ ਲਾ ਲਾ ਕੇ ਪਟਾਕੇ ਮਰਾ ਮਰਾ ਕੇ ਤੇ ਕਿਸੇ ਨੂੰ ਪਤਾ ਉੱਥੋਂ ਦਾ ਇਤਿਹਾਸ ਕੀ ਹੈ ਕਿੱਡੀ ਪਵਿੱਤਰ ਜਗ੍ਹਾ ਹੈ ਉਹ ਜਿੱਥੇ ਖਾਲਸੇ ਦਾ ਜਨਮ ਹੋਇਆ ਜਿੱਥੋਂ ਸਾਡੀ ਆਜ਼ਾਦੀ ਦੀ ਸ਼ੁਰੂਆਤ ਹੋਈ ਉੱਥੇ ਜਾ ਕੇ ਇਹਦੇ ਹੁਜਤਾਂ ਕਰਦੇ ਹਾਂ ਚਮਕੌਰ ਸਾਹਿਬ ਸਰਹਿੰਦ ਜਾ ਕੇ ਕੁੜੀਆਂ ਨੂੰ ਗਲਤ ਨਿਗਾਹਾਂ ਵੇਨੇ ਛੇੜਖਾਨੀਆਂ ਕਰਦੇ ਮੈਂ ਆਪਣੀ ਅੱਖੀਂ ਵੇਖਿਆ ਕਿਸੇ ਨੂੰ ਪਤਾ ਹੈ ਉੱਥੋਂ ਦਾ ਇਤਿਹਾਸ ਕੀ ਹੈ ਕਿੰਨੀ ਪਵਿੱਤਰ ਜਗ੍ਹਾ ਨੇ ਉਹ ਉੱਥੇ ਜਾ ਕੇ ਸਾਨੂੰ ਡਰਨਾ ਚਾਹੀਦਾ ਹੈ ਗੁਰੂ ਦਾ ਨਾਂ ਲੈਣਾ ਚਾਹੀਦਾ ਹੈ ਬਾਣੀ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਪਰ ਨਾ
अपने आप वालू लोगों का ध्यान खिंचते वेखो जी मैं ट्रैक्टर से बल्ले बल्ले कराउंदे आ एडा तड़ा स्पीकर लाया किसी नूं किसी इतिहास बारे नहीं पता किसी नूं नहीं पता पुछ लो कि पंज प्यारे दे नां की ने कित्थों आए सी क्यों सीस मंगे गुरु गोबिंद सिंह महाराज ने क्यों कुरबानी दित्ती भाई सती दास मती दास ने किसी नूं कुछ नहीं पता ਕਹਿੰਦਾ ਉਹ ਜਿੰਨਾ ਕੋਲੋਂ ਇੱਜ਼ਤਾਂ ਸੀ ਸੇਫ ਮੰਨਦੇ ਉਹ ਛੇੜੀ ਜਾਂਦੇ ਕੁੜੀ ਦਸਤਾਰ ਬਣ ਕੇ ਉਹ ਨਿੱਕੀ ਜੀ ਉਮਰ ਹੁਣ ਹਾਣ ਭਾਲਦੀ ਉਹ ਯਾਰ ਮਰਵਾ ਗਈ ਕੁੜੀ 16 ਸਾਲ ਦੀ ਆ ਜਿੰਨੇ ਬਾਪੂ ਆਖੇ ਕਦੇ ਖਾਲ ਕੱਢੀ ਨਾ ਆ ਫੁਕਰੀ ਜੇ ਆ ਕੇ ਕੱਦੂ ਮਾਰੇ ਗੱਡੀ ਨਾ ਓਏ ਪਿਆਰ ਵਿੱਚ ਅੰਨੀ ਕੌਲਾਂ ਤੋਂ ਨਹੀਂ ਹਾਰਦੀ ਓਏ ਓ ਨਾਲੇ ਬਾਪੂ ਰੋਵੇ ਨਾਲੇ ਕੱਢੇ ਹੀ ਤਰਲੇ ਆਦੀ ਕਿੱਥੋਂ ਬਾਹ ਛੱਡਦੀ ਆ ਯਾਰ ਦੀ ਓਏ ਨਾਲੇ ਬਾਪੂ ਰੋਵੇ ਨਾਲੇ ਕੱਢੇ ਤਰਲੇ ਆਦੀ ਕਿੱਥੋਂ ਬਾਹ ਛੱਡਦੀ ਆ ਯਾਰ ਪਿਓ ਧੀ ਨੂੰ ਕਹਿੰਦਾ ਕਿ ਧੀਏ ਆ ਜਾ ਘਰ ਤੁਰ ਭਾ ਹਜੇ ਵੀ ਕੁਝ ਨਹੀਂ ਵਿਗੜਿਆ ਕਹਿ ਦਾਂਗਾ ਕਿਤੇ ਗਈ ਸੀ ਰਿਸ਼ਤੇਦਾਰ ਕੋਲ ਕਹਿੰਦੀ ਨਾ ਚੌਰੇ ਚੁੱਪ ਕਰਕੇ ਕਚਹਿਰੀ ਤੋਂ ਬਾਹਰ ਹੋ ਜਾ ਤੇ ਪਿਓ ਦਾ ਦਿਲ ਪਾੜ ਕੇ ਨਹੀਂ ਜਿਹੜਾ ਧੀ ਬੜੇ ਲਾਡਾਂ ਨਾਲ ਪਾਲੀ ਪਰੇ ਪੰਚਾਇਤ ਦੇ ਵਿੱਚ ਆਪਣੇ ਪਿਓ ਨੂੰ ਏਦਾਂ ਕਹਿ ਦੋ ਕੀ ਕਹਿੰਦਾ ਉਹ ਨਵੀਂ ਪੀੜ੍ਹੀ ਜਾਣੇ ਹਾਲ ਕੀ 84 ਦਾ ਅਸੀਂ ਗੱਲਾਂ ਕਰ ਲੈਂਦੇ ਹਾਂ 84 ਦੀਆਂ ਕਿਸੇ ਨੂੰ ਪਤਾ ਉਦੋਂ ਕੀ ਬੀਤਿਆ ਲੋਕਾਂ ਨੇ ਕਿਸੇ ਨੇ ਵੇਖਿਆ ਨਹੀਂ ਜਿਨ੍ਹਾਂ ਨੇ ਵੇਖਿਆ ਉਹਨੂੰ ਪੁੱਛ ਕੇ ਵੇਖੋ ਅਗਲੇ ਨਾਂ ਨਹੀਂ ਲੈਂਦੇ ਦੁਬਾਰਾ ਗੱਲਾਂ ਕਰਨੀਆਂ ਸੌਖੀਆਂ ਨੇ ਉਹ ਨਵੀਂ ਪੀੜ੍ਹੀ ਜਾਣੇ ਹਾਲ ਕੀ 84 ਦਾ ਆਪਣੀ ਲਾਇਬ੍ਰੇਰੀ ਅੱਡਾ ਹੀ ਅਯਾਸ਼ੀ ਦਾ ਓਏ ਆਉਣ ਵਾਲੇ ਸਮੇਂ ਚ ਨਹੀਂ ਯੋਧੇ ਲੱਭਣੇ ਆ ਹਾਥੀਆਂ ਦੇ ਮੱਥੇ ਚਣੀ ਨੇਜੇ ਵਜਣੇ ਕੈਸੇ ਸੂਰਬੀਨ ਯੋਧੇ ਸਨ ਕਿ ਗੁਰੂ ਨੇ ਆਗਿਆ ਦਿੱਤੀ ਹੈ ਇੰਨਾ ਵਿਸ਼ਵਾਸ ਆਪਣੇ ਗੁਰੂ ਤੇ ਉਸ ਬਾਣੀ ਤੇ ਹਥਨੀ ਦੀ ਪੁੜਪੜੀ ਪਾੜ ਕੇ ਰੱਖਦੀ ਲੋਹਾ ਚੀਰਦੀ ਜਾਂਦੀ ਹੈ ਨਾਗਣੀ ਵਿਸ਼ਵਾਸ ਹੈ ਆਪਣੇ ਗੁਰੂ ਤੇ ਹੋਰ ਕੁਝ ਨਹੀਂ ਸਾਨੂੰ ਤਾਂ ਵਿਸ਼ਵਾਸ ਹੀ ਨਹੀਂ ਅਸੀਂ ਵਹਿਮਾਂ ਭਰਮਾਂ ਵਿੱਚ ਗਲ ਗਏ ਕਹਿੰਦਾ ਓਏ ਹਾਥੀਆਂ ਦੇ ਮੱਥੇ ਚ ਨੀਨੇ ਜੇ ਵਜਣੇ ਓ ਹਾਥੀਆਂ ਦੇ ਮੱਥੇ ਚ ਨੀਨੇ ਜੇ ਵਜਣੇ ਓਏ ਏਦਾਂ ਹੀ ਰੰਧਾਵੇ ਸੱਚ ਗਾਉਂਦੇ ਰਹਿਣਗੇ ਆ ਗੀਤ ਰਾਜਵੀਰ ਤੋਂ ਲਖਾਉਂਦੇ ਰਹਿਣਗੇ ਓਏ ਨੀਹਾਂ ਵਿੱਚ ਪੈ ਗਈ ਜੇ ਤਰੇੜ ਮਿੱਤਰੋ ਆ ਗੁਰੂ ਘਰਾਂ ਵਿੱਚ ਲਾਉਣੇ ਪੈ ਗਏ ਕੈਮਰੇ ਸਾਡੀਆਂ ਜ਼ਮੀਰਾਂ ਤੇ ਚਪੇੜ ਆ ਗੁਰੂ ਘਰਾਂ ਵਿੱਚ ਲਾਉਣੇ ਪੈ ਗਏ ਕੈਮਰੇ ਸਾਡੀਆਂ ਜ਼ਮੀਰਾਂ ਤੇ ਚਪੇੜ 2 ਮਿੰਟ ਨਾ ਸਮਾਪਤ ਕਰਨਾ ਰਾਜਵੀਰ ਪੰਨੂ ਦੇ ਨਾਂ ਤੇ ਮੁੰਡਾ ਰਾਈਟਰ ਹੈ ਬਹੁਤ ਸੋਹਣਾ ਲਿਖਦਾ ਕੀ ਕਹਿੰਦਾ ਹੈ ਉਹ ਭਾਵੇਂ ਸਦੀ ਇੱਕ ਵੀ ਆ ਗਈ ਆ ਪਰ ਅਕਲ ਤੇ ਪੜਦੇ ਭਾਵੇਂ ਸਦੀ ਇੱਕ ਵੀ ਆ ਗਈ ਆ ਪਰ ਅਕਲ ਤੇ ਪੜਦੇ ਮਾਪਿਆਂ ਨਾਲ ਡਿਸਟਰਬ ਹੁੰਦੇ ਤੇ ਕਮਰਿਆਂ ਵਿੱਚ ਬੰਦ ਰਹਿੰਦੇ ਆ ਦਾਦੀ ਦੀਆਂ ਬਾਤਾਂ ਕੌਣ ਸੁਣ ਕੇ ਮਾਂ ਦੇ ਟਾਸਕ ਲੈਂਦੇ ਸੁਣਨ ਵਾਲੀ ਇਹ ਗੱਲ ਕਹਿੰਦਾ
जड़ी कौम शेर सरदारा दी जड़ी कौम शेर सरदारा दी बन चलिया जड़ी कौम शेर सरदारा दी बन चलिया नचारा दी हो पगा लतियां वासर सेट हुंदे पगा लथियां वाल सटेट हुंदे बंदे ना बंदे दे रेट हुंदे हुण तरत पटनी बाकी आ हुण इस तों अगे तबाई आ बंदे ने बच्चा जम दिता कुड़ी कुड़ी नूं व्याह के लियाई ओ हुण तां अखां खोल लवो ए मंग समें दी चाल दिया कहिंदा ओए हुण तां अखां खोल लवो ए मंग समें दी चाल दिया नू घर वाले नू पुछदी नी डेरे तों पुत्तर पाल दियो मुंडा सहेली पिछे लड़ता है अजय छेवीं दे विच पढ़ता है अखबीर दी भैन दी सहेली ते कहिंदा है अखबीर दी भैन दी सहेली ते गुरु डोल गया जे ओए गुरु डोल गया जे चेली ते ओ भैन वीर नाली बनाउंदी आ गाने दा मतलब कटिया ही नहीं की फेम दा भूत सवार होया इन्हें पर्दा विच कोई छड़िया ही नहीं रख ले मां करो कटिया बनी ताज च मसला गटिया घर गहने पाता कैंसर ने ते पिंडां दे विच वैन पिया खिच मां दे कन्नों नालियां नूं पुत नग चिट्टे दा लैन गया अर्थ बाणी दे वाक वाला क्यों नी मुकदा मुदा क्यों नी मुकदा मुदा जात वाला बापू दे नां दा दान कीता प्यो सारी जिंदगी मंजे दे पिया पिया पानू खिड़ों मर गया एक गिलास पानी नू तरसदा रहा मरण तो बाद गुरु घर तो बाहर वाटर कूलर लाया जाता है तो उपर लिखा जाता है सरदार चरण सिंह की याद में वाटर कूलर की सेवा की थी सारी जिंदगी नौ ने भावें पक्षी की झालना मारी होवे
फिर नौ जिद करके गुरु घर चखे चढ़ाती है। उपर लिखा हुंदा है सरदार अजीत सिंह दे नां दी सेवा कीती गई पक्षियां नूं जांदे जी किते इक घिओ दा चमचना अपने बुढ़े दे भावे सब्जी दे विच पाया होवे ते मरन तों बाद जो चिखा ते पिया हुंदा ना मूंह खोल खोल देसी घिओ रोड़दे ने विच ते बंदा पुछे हुण कड़ा उठ के घुलना इहने जदों लोड सी उदों दित्ता नहीं की कहिंदा है ਇਹ ਗੱਲਾਂ ਥੋੜੀਆਂ ਤੱਤੀਆਂ ਨੇ ਉਹਨੇ ਗੁਰੂ ਘਰ ਜਿਨੀਆਂ ਨੇ ਇਹ ਗੱਲਾਂ ਥੋੜੀਆਂ ਸੱਤੀਆਂ ਨੇ ਉਹਨੇ ਗੁਰੂ ਘਰ ਜਿਨੀਆਂ ਪੱਤੀਆਂ ਨੇ ਕੱਢੋ ਅਰਥ ਬਾਣੀ ਦੇ ਵਾਕ ਵਾਲਾ ਕਿਉਂ ਨੀ ਮੁਕਦਾ ਮੁੱਦਾ ਕਿਉਂ ਨੀ ਮੁਕਦਾ ਮੁੱਦਾ ਜਾਤ ਵਾਲਾ ਬਾਪੂ ਦੇ ਨਾਂ ਦਾ ਦਾਨ ਕੀਤਾ ਨਾ ਵੱਡਾ ਜਾ ਲਿਖਵਾਇਆ ਏ ਤਰਸਦਾ ਮਰ ਗਿਆ ਪਾਣੀ ਨੂੰ ਉਹਦਾ ਵਾਟਰ ਕੂਲਰ ਜਿਹੜਾ ਆਇਆ ਏ गल चुगनी थोड़ी तिखिया कईयां दाते लाती सरपंच दानी दे वारस नूं चंद छिलड़ां पिछे ला लिया जे बस सिरी उत्ते पग रह गया अंदरों ते धर्म बदला लिया ਰੋਟੀ ਥਾਂ ਪੀਦੇ ਆਈ ਜਾਂਦੇ ਹੁਣ ਮਰਦ ਵੀ ਖੱਟਾ ਅੱਜ ਕੱਲ ਕੀ ਹੈ ਤੁਸੀਂ ਸ਼ਾਮ ਨੂੰ ਜਦੋਂ ਬਾਜ਼ਾਰਾਂ ਨੂੰ ਨਿਕਲਦੇ ਹੋ ਨਾ ਸਭ ਤੋਂ ਵੱਧ ਗੋਲ ਗੱਪਣ ਲਈ ਰੇੜੀ ਦੇ ਬੰਦੇ ਖਲੋਤੇ ਹੁੰਦੇ ਨੇ ਤੇ ਉੱਤੋਂ ਦੀ ਅੱਡੀਆਂ ਚੁੱਕ ਚੁੱਕ ਕਹਿਣਗੇ ਕਿ ਭਾਊ ਥੋੜਾ ਜਿਹਾ ਖੱਟਾ ਤੇਜ਼ ਕਰੀ ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਫਿਰ ਕਹਿੰਦੇ ਜੀ ਹਾਰਮੋਨਸ ਚੇਂਜ ਹੋਣ ਡੇ ਹਾਰਮੋਨਸ ਤੇ ਚੇਂਜ ਹੋਣੀ ਆ ਮਿੱਠਾ ਮਰਦ ਦੇ ਹਿੱਸੇ ਆਇਆ ਹੈ ਤੇ ਖੱਟਾ ਔਰਤ ਦੇ ਤੇ ਇਸ ਟਾਈਮ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਖੱਟਾ ਮਰਦ ਖਾਣ ਡੇ ਨੇ ਸਚਾਈ ਹੈ ਝੂਠ ਨਹੀਂ ਬੋਲਦਾ ਸ਼ਾਮ ਨੂੰ ਵੇਖ ਲਿਓ ਜਾ ਕੇ ਤੁਹਾਡੇ 'ਚ ਵੀ ਬੜੇ ਖਾਂਦੇ ਹੋਣੇ ਝਾਸ ਵਾਲੀ ਕਿਹੜੀ ਗੱਲ ਜਿਹੜੀ ਫਿਕਰ ਭਾਲੇ ਜੀਰੋ ਜੀ ਕਿੱਥੋਂ ਜੰਮ ਲੁਕਾਉਂਦਾ ਹੀਰੋ ਜੀ ਜਿਹੜੀ ਫਿਕਰ ਭਾਲੇ ਜੀਰੋ ਜੀ ਕਿੱਥੋਂ ਜੰਮ ਲੁਕਾਉਂਦਾ ਹੀਰੋ ਜੀ ਰੋਟੀ ਥਾਂ ਪੀ ਜੇ ਆਈ ਜਾਂਦੇ ਹੁਣ ਮਰਦ ਵੀ ਖੱਟਾ ਮਰਦ ਵੀ ਖੱਟਾ ਖਾਈ ਜਾਂਦੇ ਗੱਲ ਰਾਜਵੀਰ ਨਾਲ ਕਰੇ ਗੱਲ ਰਾਜਵੀਰ ਨਾਲ ਕਰੇ ਰੰਮੀ ਕੀ ਫਾਇਦਾ ਵਰਕੇ ਫੋਲਣ ਤੇ ਪੈਂਦੀਆਂ ਬੱਚਿਆਂ ਨੂੰ ਘਰ ਵਿੱਚ ਪੰਜਾਬੀ ਬੋਲਣ ਦੇ ਸਜ਼ਾ ਪੂਰੀ ਸੂਰਮੇ ਕੈਦ ਕਿਉਂ
नहीं बापू मरदे गांधी नूं क्यों धक्के नाल पढ़ाई जांदे नहीं बापू मनदे गांधू नूं क्यों धक्के नाल मनाई जांदे हुण कॉन्वेंट दियां बुकां विच क्यों नहीं सिख इतिहास पढ़ाए जांदे लिखो पखांदे सरदार दा ਅੰਦਰੋਂ ਤਾਂ ਫਿਰਦੇ ਆ ਪੰਗਾ ਲੈਣ ਨੂੰ ਐ ਪਰ ਹੌਸਲਾ ਚਾਹੀਦਾ ਸਾਡੇ ਗਲ ਪੈਣ ਨੂੰ ਐ ਪਰ ਹੌਸਲਾ ਚਾਹੀਦਾ ਸਾਡੇ ਗਲ ਪੈਣ ਨੂੰ ਐ ਪਰ ਹੌਸਲਾ रवनीत क्योंकि टीमां ही इंसान नूं अगे खड़दियां सारे दा साथ हुंदा है कला कोई नहीं किसे नूं कहिंदा की कहिंदा है मारे दे ओ मारे दे हमेशा ऐसी पग विच रहिंदा फुकरे बंदे नूं सदा बिद के ही लईदा कमेंट किसे की पहन नूं ऐ पर हौसला हौसला चाहिदा साडे गल पहन नूं ऐ पर हौसला हौसला चाहिदा साडे गल पहन नूं ऐ पर हौसला साडे कोल बड़ा प्यारा वीर है गोपी एंकर ए पहू इदां दा कि सारे स्टेज ते खुश रहिंदा इक खिच के ताली मार दियो पता नहीं कि इहदे अंदर कोई चीज़ है की कहिंदा है ਸਾਡੇ ਵੇਖ ਕੇ ਹਾਲਾਤ ਮੱਖ ਮੋੜ ਗਈ ਨਾਤੇ ਵੱਡਿਆਂ ਘਰਾਂ ਦੇ ਨਾਲ ਜੋੜ ਗਈ ਸਾਡੇ ਵੇਖ ਕੇ ਹਾਲਾਤ ਮੱਖ ਮੋੜ ਗਈ ਨਾਤੇ ਵੱਡਿਆਂ ਘਰਾਂ ਦੇ ਨਾਲ ਜੋੜ ਗਈ ਪੰਜ ਕਿੱਲਿਆਂ ਦੀ ਸਾਡੀ ਸਾਰੀ ਵਾਹੀ ਸੀ ਪੰਜ ਕਿੱਲਿਆਂ ਦੀ ਸਾਡੀ ਸਾਰੀ ਵਾਹੀ ਸੀ ਤੋਂ ਕੰਜਨ ਗੱਲ ਸਾਡਾ ਘੁੱਟਿਆ ਕੀ ਕਹਿੰਦਾ ਹੈ ਬਾਪੂ ਦਾ ਪਿਆਰੀ ਕਹਿੰਦੇ ਛੱਡਿਆ
ਗੁੱਚੀ ਅਰਮਾਨੀ ਯਾਰ ਪਾਉਂਦੀ ਆਵੇ ਓਹ ਹੋ ਹੋ ਓਹ ਗੁੱਚੀ ਅਰਮਾਨੀ ਯਾਰ ਪਾਉਂਦੀ ਆਵੇ ਤਾਂ ਸੂਟ ਨਹੀਂ ਬੇਬੇ ਨੇ ਕਦੇ ਸੁੱਟਿਆ बनते बस हालात बनाओ
छड़ते नहीं हो धूखे लै जाते लगे बलिया बड़े ही महंगे पैने आ राजवीर पन्नू ने बदले गिन गिन लैने आ ओए मित्रां दे नाल बैर बड़े ही महंगे पैने आ राजवीर पन्नू ने बदले गिन गिन लैने आ ओ तेरे चाचे दायां दे पुत चंडी पै जांदे डब्बां दे नाल लगे बले लगे ही लै जांदे पुत बगाने छड़दे नहीं हो बाबा नानका बाबा मेरे ये गाना मैं पर्सनली बड़ा कहता है न्याय वाले खेत सी पिया करदा रोनी बनके बह गई आनी के तेरी याद परोनी न्याय वाले खेत सी पिया करदा रोनी ओ बनके बह गई आनी के तेरी याद परोनी नी मैं चक के मंजा मोटर दे कोठे दे दरिया अज लगदा चटनू सोनिए तू चेते करिया अज लगदा चटनू सोनिए तू चेते करिया बाबा जी ए गाना ते सुनाना ही पैना तन्नू आओ सब तो पहला तुहाडा सारेयां दा बड़ा धन्नवाद तुसी साडे ए एक्चुअल एक बारी जोरदार ताड़ी पहला इन्हां दे नां ते मारो बड़ियां महान शख्सियतां ने साडे घर का मेला है साडे मेरा रंधावा साहब का 2 किलोमीटर पिंड आ जगदेव कला चंडीगढ़ वाले हुण होए आ पहला इत्थे सारा कुछ करके गए इस करके मेरे भरा सारे ने हुक्म किया भी जरूर आना है तो सच्ची मतलब तुसी जो बोलिया जो तुसी गा रहे थे सच्ची की कहते ना कि रोंगटे खड़े हो गए थे परमात्मा थोनू मेरी उम्र भी ला दे क्योंकि सभ्याचार जे सभ्याचार की गल करिए तो सभ्याचार इधरों चलता है ठीक है असी फिल्मों च गाया साढ़े गाने भी तुसी बहुत सारा प्यार दिंदे हो लेकिन सभ्याचार की गल करिए सभ्याचार इत्थे आ सो पुरावां दा बड्डियां दा हुक्म तो मैं जरूर ओ दिल जोर जोर नाल धड़क रिहा मन मेरा भरिया अज लगदा है जट नू सोणीए तू चेते करिया न्याई वाले खेत सी पिया करदा रौनी बन के बह गई रात नू नी तेरी याद परौनी मैं चाके मंजा मोटर दे कोठे ते तरिया अज लगदा है जट नू सोनिए तू चेते करिया ओ अज लगदा है जट नू सोनिए तू चेते करिया तो थैंक यू मैं थोड़ा टाइम नहीं खराब करूंगा क्योंकि नहीं 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 मैं कहता सी कि मेरी इन्नी हाजिरी कबूल करे बस
यही कर लो। वैसे तो बहुत वधिया प्रोग्राम चल रहा है, सही गल दस मैं सुनना आया से तुम ये सारे साडे अपने घर की टीम है, साडे घर की कमेटी है, सारी सारे सरपंच साहब ने सारे अपने अपना यह घर है। दिल जोर जोर नाल तड़क रहा है मन मेरा भरिया, ओ दिल जोर जोर नाल तड़क रहा है मन मेरा भरिया, अज लगदा है जट न सोनिए तू चेते करिया, ओ दिल जोर जोर नाल तड़क रहा है मन मेरा भरिया, जोर जोर नाल तड़क रहा है मन मेरा भरिया, अज लगदा है जट न सोनिए तू चेते करिया, लगदा है जट न सोनिए तू चेते करिया, अज लगदा है जट न सोनिए तू हाजरी जरूर आनंद भी लाऊगा। आओ बाबा जी। वैसे हाजरी मेरी लग गई है, वैसे जोरदार ताड़ी होनी चाहिए। वैसे साडे मजीत भाजी भरा ने, साडे वड्डे ने रमी रंधावा जी, प्रिंस जी, तहे दिलो शुक्रगुजार कर। वैसे गाना साडा सफल हो गया जो असीं थले सुन रहे सी ना, बड़ा बड़ा अच्छा माहौल बनया सी। करे जोरदार ताड़ी ला जो तुहानू मजा आया सी। मैं अपने सुना देना गाना है ना, तेजे दे बनो फाड़ी। मेरा फर्स्ट गाना जिहड़ा मैं कीता सी, उन्हें बड़ा प्यार मुहब्बत दुआवां तुसी दित्तियां, आनंद नूं आनंद बनाया तुसी सारिया ने। तो मैं एक्चुअली स्टेज पर बड़ी बार कहना हुंना कि यह गलियां दे विच गाण वाला बच्चा अज तुहाडे सारिया के सामने है, ये मेरे वास्ते बड़ी खुशनसीबी वाली गल है। एक करी मेरी माँ वास्ते ताड़ी ला दे। हाँ
ਵੈਸੇ ਇਹਨਾਂ ਦੇ ਸਾਹਮਣੇ ਨਹੀਂ ਮੈਂ ਗਾ ਸਕਦਾ ਮਹਾਰਾਜ, ਅਤੇ ਜਿੰਨਾ ਕੁ ਵੀ ਸਿੱਖਿਆ ਤੁਹਾਡੇ ਸਾਰਿਆਂ ਦੇ ਵੇਖ ਵੇਖ ਕੇ ਸਿੱਖਿਆ। ਇਸ਼ਕ ਕਿਸੇ ਹਾਂ ਇਸ਼ਕ ਕਿਸੇ ਦਿਨਾ ਇਸ਼ਕ ਕਿਸੇ ਦਿਨਾ ਸੁਣਦਾ ਗਿਣਦਾ ਇਹ ਮੇਟ ਦੇਂਦਾ ਪਰੇਸ਼ਾਨ ਹੁਸਨ ਵਜੂਦ ਹੁਸਨ ਵਜੂਦ ਨਾ ਛੱਡਦਾ ਚੰਦਰਾ ਇਹ ਮੇਟ ਦਿੰਦਾ ਪਰਛਾਇਆ ਇਹ ਮੇਟ ਦਿੰਦਾ ਪਰਛਾਇਆ। ਇੱਕ ਵਾਰੀ ਜ਼ੋਰਦਾਰ ਤਾੜੀ ਸਾਊਂਡ ਵਾਸਤੇ ਹੋਣੀ ਚਾਹੀਦੀ ਹੈ ਕਿਉਂਕਿ ਕਲਾਕਾਰ ਨੂੰ ਗਵਾਉਣ ਵਾਲੇ ਇਹੋ ਹੀ ਬੰਦੇ ਹੁੰਦੇ ਆ ਕਿਉਂਕਿ ਤੁਹਾਡੇ ਕੰਨਾਂ ਤੱਕ ਸਹੀ ਆਵਾਜ਼ ਪਹੁੰਚਾਉਣਾ ਇਹਨਾਂ ਦਾ ਕੰਮ ਹੁੰਦਾ ਹੈ। ਕਰੇ ਜ਼ੋਰਦਾਰ ਤਾੜੀ ਲਾ ਦਿਓ। ਕੀ ਕਹਿ ਰਿਹਾ? ਦੁੱਖ ਕਰਮਾਂ ਦੇ ਝੋਲੀ ਵਿੱਚ ਪਾ ਕੇ ਦੁੱਖ ਕਰਮਾਂ ਦੇ ਝੋਲੀ ਵਿੱਚ ਪਾ ਕੇ ਦੁੱਖ ਕਰਮਾਂ ਦੇ ਝੋਲੀ ਵਿੱਚ ਪਾ ਬੜਾ ਰੋਈ ਜਾਂਦਾ ਏ ਹਏ ਦਿਲ ਬੜਾ ਦੁੱਖ ਕਰਮਾਂ ਦੇ ਝੋਲੀ ਵਿੱਚ ਪਾ ਕੇ ਆ ਦਿਲ ਬੜਾ ਰੋਈ ਜਾਂਦਾ ਏ ਦਿਲ ਬੜਾ ਕੀਮਤੀ ਸਮਾਂ ਛੱਡ ਕੇ ਮੈਨੂੰ ਇੰਨਾ ਕੁ ਸਮਾਂ ਦਿੱਤਾ। ਇੱਕ ਜ਼ੋਰਦਾਰ ਤਾੜੀ ਲਾ ਕੇ ਦੁਆਵਾਂ ਦੇ ਦਿਓ ਸਾਰੇ ਜਣੇ। ਥੈਂਕ ਯੂ ਤੁਹਾਡੇ ਵਾਸਤੇ। ਕੀ ਬਾਤ ਹੈ ਕਿ ਪਿਆਰ ਮੁਹੱਬਤ ਦਾ ਨਾਂ ਹੈ, ਕਿਸੇ ਨੂੰ ਪਾ ਲੈਣਾ ਮੰਜ਼ਲ ਨਹੀਂ ਹੁੰਦੀ। ਖੁਸ਼ ਰਹਿਣਾ ਲਾਜ਼ਮੀ ਹੈ, ਆਨੰਦ ਕਾਫੀ ਹੱਦ ਤੱਕ ਜੀਣ ਲਈ, ਪਰ ਦੁੱਖਾਂ ਤੋਂ ਬਿਨਾਂ ਵੀ ਜ਼ਿੰਦਗੀ ਮੁਕੰਮਲ ਨਹੀਂ ਹੁੰਦੀ।
क्योंकि फूक मार के हर एक फिक्र उड़ाई जा, मौत नहीं जद तक आउंदी पहलवान साहब उद तक जश्न मनाई जा। ए साहा वाली माला जसने बख्शीए हर मन के दे नाल नाम उसदा त्याई जा। तरस कदे ता खाऊ डिंपल बाजी कदे ता खोलूगा जेदे दर ते बैठा बूहा खड़काई जा। यारी हस के बोले ए शुक्र मनाई जा। मेरे नालो वध दुखी ने दुनिया ते ओ देख देख के उना नू ए वक्त लगाई जा। और नाल दे नाल जी मान सम्मान दी रस्मा साडा प्रार्श बड़ी प्यारी आवाज। और मैं चाहांगा कि प्रधान साहब हुण आपां मान सम्मान दी रस्मा पूरी करी, मैनूं नाम दसी जो कान दे विच। सोता साहब वेलकम करदे आं तुहाडा वी, क्योंकि इहनां दे नाल दे जोरदार ताड़ी मार दो जी। बड़ी प्यारी आवाज क्योंकि अर्श वीरे जो इंसान लैण दे विच लगा हुंदा ना इक ना इक दिन वारी उहदी जरूर आउंदी है। कि मत कर गिला है बंदे यहाँ तकदीर बदलती रहती है, शीशा तो शीशा रहता है मगर तस्वीर बदलती रहती है। और अर्श रंधावा साहब का सम्मान होने जा रहा जी, ते नंद वीरा उनका भी सम्मान होने जा रहा। ताड़ी मार दो दब के जी। अज सारी संगत के दर्शन कर ली पहुंचे ने, कोई ताड़ी मार दो दब के। क्या बात है, पत्रकारां दी दुनिया च मैनूं पता लग गया जी तुहाडा, लेकिन इन्हां वास्ते जोरदार ताड़ी मार दो। क्योंकि जो कलम नाल करे वार उहनूं अखबार कहिंदे ने, जो दिलों करदा प्यार उहनूं यार कहिंदे ने, सब धर्मां दा करे सत्कार उहनूं इंसान कहिंदे ने, भरदे सब दी खाली झोली उहनूं बाबा रोशन शाह दा दरबार कहिंदे ने। ठीक है जी, ठीक है जी, ओके जी, ओके। ओके जी, सो एक दो फोटो तो बाद लास्ट जिहड़े दो तीन गीत फरमाइशां तुहाडियां। एक बार फिर तो जी जिहड़े वीर विदेशां दी धरती ते बैठे इस दरबार दे नाल जुड़े हुए ने, सो सारे वीरां दा ढेर सारियां मुबारकां ने। एक वारी दब के ताड़ी मार दो अपना वीरां दे नां ते। जगू जी न्यूजीलैंड, जोधा दुबई, करण दुबई, संदीप यूके, दविंदर सिंह जी पंजाब पुलिस और समूह लागा निवासी सारे का वेलकम करते हैं जी। हाँ जी, माइक स्टैंड दूसरा। कटदे जो दे फांसी चढ़ जांदे, अजरदे नहीं गलामी पर्वत बन के अड़ जांदे। नहीं गलामी पर्वत बन के अड़ जांदे। सोण सिंह पकने दी कौम दे वारसा, सोण सिंह पकने दी कौम दे वारसा। ताइयों अड़ के खड़के हौसले थमे नहीं, आप कढ़ांगे ता जित दा झंडा कढ़ांगे। हारन वाले दिन ता सूर में जमे नहीं, ओ कढ़ांगे ता कढ़ांगे। हमें दिए सरकार तेरी धौन ते कोटा रखन लई, आओ पर पर वेख ट्रालियां आउंदियां तैनू ख ट्रालियां आउंदियां तैनूं जड़ तों बदल लई। तेरे लाल किले ते केसरी झंडे झूलणगे, प्यार नाल जा धक्के दे नाल मन्ने जग दा झंडा गड़ांगे। हारन वाले दिन तां सूरमे जमे नहीं, ओ गड़ांगे दा जग दा झंडा गड़ांगे। वाहेगुरु जी का खालसा, वाहेगुरु जी वाहेगुरु जी का खालसा, वाहेगुरु जी। हारन वाले दिन पंजाबी मां बोली हमेशा ही जिउंदी, हारन वाले दिन चढ़दी कला विच रहो।
ਹਾਰਨ ਵਾਲੇ ਦੀ ਤਾਂ